ਪੰਜਾਬੀ ਇੰਡਸਟਰੀ ਦੇ ਸਾਡੇ ਇੱਕ ਅਜਿਹੇ ਆਰਟਿਸਟ ਨੇ ਜੋ ਹਾਲ ਹੀ ਦੇ ਵਿੱਚ ਮਿਲੀਨੀਅਰ ਬਣੇ ਸੀ ਜੀ। ਮੈਂ ਗੱਲ ਕਰ ਰਹੀ ਹਾਂ ਏਕੇ ਦੇ ਬਾਰੇ, ਜਿਨ੍ਹਾਂ ਦਾ ਡਿਸੰਬਰ ਮੰਥ ਦੇ ਵਿੱਚ ਸੌਂਗ ਆਇਆ ਸੀ ਮਿਲੀਨੀਅਰ, ਅਤੇ ਇਸ ਗਾਣੇ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ। ਦਿਸ ਵਾਜ਼ ਅ ਵੈਰੀ ਗੁੱਡ ਸੌਂਗ, ਪਰ ਹੁਣ ਇੱਕ ਵਾਰ ਫਿਰ ਤੋਂ ਕੁਛ ਨਵਾਂ ਲੈ ਕੇ ਆ ਰਹੇ ਨੇ ਸਾਡੇ ਸਾਰਿਆਂ ਦੇ ਲਈ ਏਕੇ, ਜਿਨ੍ਹਾਂ ਨੇ ਆਪਣੇ ਮਿਲੀਨੀਅਰ ਵਾਲੀ ਟੀਮ ਦੇ ਨਾਲ ਹੀ, ਯਾਨੀ ਕਿ ਜਿਨ੍ਹਾਂ ਨੇ ਮਿਊਜ਼ਿਕ ਕੀਤਾ ਸੀਗਾ, ਲਿਰਿਕਸ ਲਿਖੇ ਸੀਗੇ, ਅਤੇ ਨਾਲ ਦੇ ਨਾਲ ਉਸ ਗਾਣੇ ਦੀ ਵੀਡੀਓ ਕੀਤੀ ਸੀ, ਉਸੀ ਟੀਮ ਦੇ ਨਾਲ ਉਹ ਇੱਕ ਵਾਰ ਫਿਰ ਤੋਂ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਨੇ, ਜਿਸ ਦੇ ਬਾਰੇ ਦੱਸਿਆ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ। ਉਹਨਾਂ ਦੇ ਅਪਕਮਿੰਗ ਸੌਂਗ ਦਾ ਟਾਈਟਲ ਹੈ 1.5 ਫੁੱਟੇ ਸੰਧ, ਜਿਸ ਦਾ ਅਫੀਸ਼ੀਅਲ ਪੋਸਟਰ ਉਹਨਾਂ ਨੇ ਸ਼ੇਅਰ ਕਰ ਦਿੱਤਾ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ, ਅਤੇ ਆਓ ਫਿਰ ਚੈੱਕ ਕਰਦੇ ਸੌਂਗ ਦਾ ਅਫੀਸ਼ੀਅਲ ਪੋਸਟਰ। ਗਾਣੇ ਨੂੰ ਜਿੱਥੇ ਗਾਇਆ ਗਿਆ ਏਕੇ ਦੇ ਵੱਲੋਂ, ਉੱਥੇ ਉਹਨਾਂ ਦਾ ਸਾਥ ਦੇਣਗੇ ਜੈਰੀ, ਜਿਨ੍ਹਾਂ ਨੇ ਇਸ ਗਾਣੇ ਦੇ ਬੋਲ ਵੀ ਲਿਖੇ ਨੇ। ਪਰ ਨਾਲ ਦੇ ਨਾਲ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਇਸ ਗਾਣੇ ਦੀ ਮਿਊਜ਼ਿਕ ਕੰਪੋਜੀਸ਼ਨ ਕੀਤੀ ਗਈ ਹੈ ਵੈਸਟਰਨ ਪੇਂਡੂਜ਼ ਦੇ ਵੱਲੋਂ, ਜਿੱਥੇ ਇਸ ਗਾਣੇ ਦੀ ਵੀਡੀਓ ਡਾਇਰੈਕਸ਼ਨ ਕੀਤੀ ਗਈ ਹੈ ਰਾਹੁਲ ਦੱਤਾ ਦੇ ਵੱਲੋਂ। ਸੋ ਇਹ ਤਾਂ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਸਾਰਿਆਂ ਨੇ ਇਸ ਗਾਣੇ ਨੂੰ ਬਣਾਇਆ, ਅਤੇ ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਮਿਲੀਨੀਅਰ ਸੌਂਗ ਦੇ ਵਿੱਚ ਵੀ ਅਸੀਂ ਇਸੀ ਟੀਮ ਨੂੰ ਦੇਖਿਆ ਸੀ, ਯਾਨੀ ਕਿ ਵੈਸਟਰਨ ਪੇਂਡੂਜ਼, ਜੈਰੀ, ਰਾਹੁਲ ਦੱਤਾ ਅਤੇ ਸਾਡੇ ਏਕੇ। ਸੋ ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜਿੰਨਾ ਸਕਸੈਸਫੁਲ ਸੌਂਗ ਮਿਲੀਨੀਅਰ ਸੀ, ਉਨਾ ਹੀ ਵਧੀਆ ਇਹ ਗਾਣਾ ਵੀ ਹੋਣ ਵਾਲਾ, ਯਾਨੀ ਕਿ 1.5 ਫੁੱਟੇ ਸੰਧ। ਏਕੇ ਨੇ ਹਰ ਵਾਰ ਇੰਟਰੋਲ ਕੀਤਾ ਸਾਨੂੰ ਆਪਣੇ ਹਿੱਟ ਸੌਂਗ ਦੇ ਨਾਲ, ਜਿਨ੍ਹਾਂ ਦੇ ਵਿੱਚੋਂ ਨਾਮ ਸ਼ਾਮਿਲ ਹੁੰਦਾ ਹੈ ਕਲਯੁਗ, ਡੋਰਾ, ਰੈਂਬੋ ਅਤੇ ਚੰਗਾ ਮਾੜਾ ਟਾਈਮ। ਅਤੇ ਹੁਣ ਅਸੀਂ ਉਮੀਦ ਕਰਦੇ ਕਿ ਉਹਨਾਂ ਦਾ ਆਉਣ ਵਾਲਾ ਗਾਣਾ, ਯਾਨੀ ਕਿ 1.5 ਫੁੱਟੇ ਸੰਧ, ਵੀ ਬਹੁਤ ਜ਼ਿਆਦਾ ਵਧੀਆ ਹੋਣ ਵਾਲਾ ਹੈ। ਅਤੇ ਇਸਦਾ ਪੋਸਟਰ ਮੈਨੂੰ ਇੰਟਰੀਕ ਕਰ ਰਿਹਾ ਕਿ ਇਸ ਗਾਣੇ ਦਾ ਕੋਨਸੈਪਟ ਕੀ ਹੋਵੇਗਾ, ਐਂਡ ਆਈ ਐਮ ਸ਼ੋਰ ਕਿ ਤੁਹਾਨੂੰ ਵੀ ਐਕਸਾਈਟਮੈਂਟ ਹੋਵੇਗੀ ਕਿ ਇਸ ਗਾਣੇ ਦੀ ਕੀ ਸਟੋਰੀ ਹੋਵੇਗੀ, ਇਸ ਗਾਣੇ ਦਾ ਕੀ ਕੋਨਸੈਪਟ ਹੋਣ ਵਾਲਾ। ਪਰ ਜੇ ਹੁਣ ਤੁਸੀਂ ਐਕਸਾਈਟਡ ਹੋ ਇਸ ਗਾਣੇ ਨੂੰ ਲੈ ਕੇ, ਮੈਨੂੰ ਵੀ ਦੱਸੋ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ। ਅਤੇ ਇਹੋ ਜਿਹੀ ਹੋਰ ਇੰਟਰਸਟਿੰਗ ਬਾਲੀਵੁੱਡ ਅਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਨੋਟੀਫਿਕੇਸ਼ਨ ਜ਼ਰੀਏ ਨੀਚੇ ਉੱਤੇ ਬੈਲ ਆਈਕਨ ਨੂੰ ਕਲਿੱਕ ਕਰੋ, ਅਤੇ ਨਹੀਂ ਸੁਣ ਕਿਹੋ ਜਿਹੀ ਲੱਗੀ ਸਾਨੂੰ ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਅਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।